ਤੈਨੂੰ ਚੁੰਮ ਚੁੰਮ ਸੀਨੇ ਨਾਲ ਲਾਵਾਂ ਸਦਕੜੇ ਜਾਵਾਂ ਨੀ ਚਿੱਠੀਏ ਸਜਣਾ ਦੀਏ ਦਰਖਤ ਜਾਂ ਰੁੱਖ ਹਮ ਆਪਣੇ ਫਲਾਂ ਤੋਂ ਹੀ ਪਛਾਣਿਆ ਜਾਂਦਾ ਹੈ ਬਿਲਕੁਲ ਬੱਲੇ ਦਾ ਬੱਲਾ ਨਾ ਹੋਏਗਾ ਤੇ ਮੱਤੇ ਫੁੱਲੀ ਜ਼ਰੂਰ ਹੋਏਗੀ ਦਾਲ ਦੁਨੀਆ ਦੇ ਬਹੁਤ ਮੈਂ ਫਲ ਵੇਖੇ ਇੱਕ ਫਲ ਜਿਆ ਕੋਈ ਫਲ ਨਹੀਂ ਉਹ ਫਲ ਔਲਾਦ ਦਾ ਫਲ ਹੈ ਜਿਹੜਾ ਆਦਮੀ ਦੇ ਰੁੱਖ ਨੂੰ ਲੱਗਦਾ ਹੈ ਕਿ ਵਰਸ਼ਾ ਨਾ ਆਤਾਂ ਜਾਂਦੀਆਂ ਨਹੀਂ ਭਾਵੇਂ ਕਟੀਏ ਪੂਰੀਆ ਪੂਰੀਆ ਅਜੇ ਬੰਦੇ ਨੂੰ ਨਿਮਾਣੇ ਨੂੰ ਜਿਹਨੂੰ ਕਦੀ ਕੋਈ ਵੱਡੀ ਖੁਸ਼ੀ ਨਾ ਮਿਲੀ ਹੋਵੇ ਉਹਨੂੰ ਇੱਕਦਮ ਕੋਈ ਵੱਡੀ ਖੁਸ਼ੀ ਮਿਲ ਜਾਏ ਤੇ ਉਹ ਉਹਨੂੰ ਸਹਾਰ ਹੀ ਨਹੀਂ ਸਕਦਾ ਆਖਰ ਬਚਾ ਮੂਲਿਆ ਤੂੰ ਹਟੀ ਬਹਿਣਾ ਵਰਸ਼ਾ ਹਕੀਕਤ ਦੀ ਲੈਣ ਲਜ਼ਤ ਪਹਿਲੋਂ ਚੱਖ ਕੇ ਲੂਨ ਮਜਾਜ਼ੀਆਂ ਦਾ ਹਾਂਜੀ ਸਾਨੂੰ ਬਾਤ ਮਲੂਮੀ ਸਭ ਦੀ ਏ ਹਰ ਹਰ ਵਿੱਚ ਸੂਰਤ ਰੱਬ ਦੀ ਏ ਕਿਤੇ ਜ਼ਾਹਰ ਹੈ ਕਿਤੇ ਛੁਪਦੀ ਏ ਫੈਜ਼ ਪਾਓਗੇ ਬੁੱਤੋਂ ਸੇ ਇੱਕ ਦਿਨ ਅਕਬਰ ਜ਼ਰੂਰ ਇਹ ਮੁਹੱਬਤ ਦੇਖਣਾ ਇਸ਼ਕ ਖੁਦਾ ਬਣ ਜਾਏਗੀ ਐ ਰਸ਼ਕ ਕਮਰ ਮੈਂ ਤੁਝ ਕੋ ਤੋ ਨਹੀਂ ਦੇਖ ਰਹਾ ਹੂੰ ਮੈਂ ਤੇਰੇ ਮੁਸਵਰ ਕਾ ਹੁਨਰ ਦੇਖ ਰਹਾ ਹੂੰ ਓ ਚੱਲ بسم اللہ الرحمن الرحیم شروع خدا دے ناموں جس دا جوڑ جواب نہ کوئی جس دی رحمت بخشش والا انت حساب نہ کوئی پیارے ویکھن والےو پنجابی ماں بولی دے زبان و ادب تے ثقافت دے فروغ تے وداوے تے چڑت لئی شروع کیتے جان والے تہاڈے اپنے YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਹਾਈਆਂ ਤੋਂ ਸਤ ਬਿਸਮਿਲਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ ਸਾਡੀ ਇਹ ਬੇਨਤੀ ਏ ਪਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ। ਨਾਲ ਲੱਗਾ ਹੋਇਆ ਬੈੱਲ ਦਾ ਬਟਨ ਜ਼ਰੂਰ ਦਬਾਇਆ ਜੇ। ਪਿਆਰਿਓ ਸਾਡੇ ਵੀਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ। ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਜਵਾਇਆ ਕਰੋ ਕਿਉਂ ਜੇ ਤੁਹਾਡੇ ਕਮੈਂਟਸ ਇੱਕ ਤੇ ਸਾਡੇ ਵਾਸਤੇ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਦੂਜਾ ਅਸੀਂ ਤੁਹਾਡੇ ਕਮੈਂਟਸ ਦੇ ਚਾਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਨੇ ਆ ਪਿਆਰਿਓ ਤੁਹਾਡੇ ਕਮੈਂਟਸ ਰਾਈ ਤੁਹਾਡੇ ਪਿਆਰ ਭੰਡਾਰੇ ਸਾਨੂੰ ਹਰ ਰੋਜ਼ ਮਿਲਦੇ ਹੀ ਰਹਿੰਦੇ ਨੇ ਤੇ ਅਸੀਂ ਪ੍ਰਤਾਵੇ ਦੇ ਵਿੱਚ ਤੁਹਾਡੇ ਨਾਂ ਜਪਣੇ ਆ ਤੁਹਾਡਾ ਸ਼ੁਕਰੀਆ ਅਦਾ ਕਰਨੇ ਆ ਤੇ ਇੱਕ ਗਾਣਾ ਮੈਨੂੰ ਯਾਦ ਆ ਜਾਂਦਾ ਅਸੀਂ ਨਿੱਕੇ ਹੁੰਦੇ ਆ ਆਪਣੇ ਬਾਲ ਪੁਨੇ ਦੇ ਵਿੱਚ ਸੁਣਦੇ ਹੁੰਦੇ ਸੀ ਤੈਨੂੰ ਚੁੰਮ ਚੁੰਮ ਸੀਨੇ ਨਾਲ ਲਾਵਾਂ ਸਦਕੜੇ ਜਾਵਾਂ ਨੇ ਚਿੱਠੀ ਏ ਸਜਣਾ ਦੀ ਏ ਪਿਆਰਿਓ ਸਾਡੇ ਇੱਕ ਬੜੇ ਉੱਗੇ ਤੇ ਨਿੱਗੇ ਮਿਹਰਬਾਨ ਸਾਡੇ ਸੱਜਣ ਸਾਡੇ ਮਿੱਤਰ ਸਾਡੇ ਦਰਸ਼ਕ ਬ੍ਰਿਗੇਡੀਅਰ ਡਾਕਟਰ ਮੁਹੰਮਦ ਸੁਲਤਾਨ ਮੁਜ਼ਫਰ ਹੋਰੀ اسلام آباد ਤੋਂ ਬੜੇ ਚਾਵਾਂ ਨਾਲ مسلسل ਸਾਡੇ ਪ੍ਰੋਗਰਾਮਸ ਸਾਡੇ ਵੀਲੌਗਸ ਵੇਖਦੇ ਨੇ ਤੇ ਬੜੀ ਸਾਡੀ ਸਲਾਣਾ ਕਰਦੇ ਨੇ ਬੜੀ ਸਾਨੂੰ ਹਲਾਸ਼ੇਰੀ ਦਿੰਦੇ ਨੇ ਅਸੀਂ ਉਹਨਾਂ ਦੇ ਬੜੇ مشکور ਆ ਪਿਆਰਿਓ ਇੱਕ ਸਾਡੇ ਪਿਆਰੇ ਮਿੱਤਰ ਸਾਡੇ ਬਜ਼ੁਰਗ ਤੇ ਸਾਡੇ ਦਰਸ਼ਕ ਇੰਡੀਆ ਦੇ ਸ਼ਹਿਰ ਲੁਧਿਆਣਾ ਤੋਂ ਬਾਬਾ ਜੀ ਸੁਖਵਿੰਦਰ ਧਾਰੀਵਾਲ ਸਾ ਉਹ ਬੜੇ ਪਿਆਰੇ ਨੇ ਬੜਾ ਪਿਆਰ ਕਰਦੇ ਨੇ ਹਰ ਰੋਜ਼ ਕਮੈਂਟਸ ਵੀ ਕਰਦੇ ਨੇ ਫੋਨ ਵੀ ਕਰਦੇ ਨੇ WhatsApp calls ਬੜੀ-ਬੜੀ ਲੰਮੀ ਕਰਕੇ ਬੜੀ ਸਲਾਹਨਾ ਕਰਦੇ ਨੇ ਬੜਾ ਸਾਡਾ ਹੌਸਲਾ ਵਧਾਉਂਦੇ ਨੇ ਵੀ ਤੁਸੀਂ ਬੜਾ ਚੰਗਾ ਕੰਮ ਪੈ ਕਰਦੇ ਹੋ ਮਾਂ ਬੋਲੀ ਦੀ ਜਿਹੜੀ ਸੇਵਾ ਪੈ ਕਰਦੇ ਹੋ ਅਸੀਂ ਉਹਨਾਂ ਦੇ ਵੀ ਡਾਡੇ ਮਸ਼ਕੂਰ ਆ ਪਿਆਰਿਓ ਸਾਡੇ ਪਾਕਿਸਤਾਨ ਦਾ ਇੱਕ ਬੜਾ ਹੀ ਵੱਡਾ ਨਾਂ ਵੱਡੇ ਲਖਾਰੀ ਉੱਚ ਪੱਧਰ ਦੇ ਸ਼ਾਇਰ ਜਨਾਬ ਜਾਨ ਕਸ਼ਮੀਰੀ ਉਹਨਾਂ ਦਾ ਤਾਲੁਕ ਵੀ ਗੁਜਰਾਂਵਾਲਾ ਤੋਂ ਐ ਉਹਨਾਂ ਸਾਡੇ ਪ੍ਰੋਗਰਾਮਸ ਵੇਖੇ ਉਹਨਾਂ ਫੋਨ ਕੀਤਾ ਉਹਨਾਂ ਆਖਿਆ ਮੈਂ ਮੁਸلسل 6 ਦਿਨ ਤੁਹਾਡੇ 6 ਵੀ ਲੌਗਸ ਵੇਖੇ ਨੇ ਤੇ ਮੈਂ ਬੜਾਈ ਸਰਾਇਆ ਤੁਹਾਡੀ ਇਸ ਕੋਸ਼ਿਸ਼ ਨੂੰ ਤੁਸੀਂ ਬੜੀ ਖਿਦਮਤ ਪੰਜਾਬੀ ਮਾਂ ਬੋਲੀ ਦੀ ਕਰ ਰਹੇ ਹੋ ਅਬਾਸ ਅਨਵਰ ਸਾਹਿਬ ਸਾਡੇ ਇੱਕ ਮਿੱਤਰ ਉਹਨਾਂ ਰਾਤੀ ਲੰਡਨ ਤੋਂ ਫੋਨ ਕੀਤਾ ਉਹਨਾਂ ਵੀ ਬੜੀ ਸਲਾਹਣਾ ਕੀਤੀ ਸਾਡੇ ਬੜੇ ਪਿਆਰੇ ਦਰਸ਼ਕ ਨੇ ਉਹ ਵੀ ਆਪਣੇ ਸਵਾਲਾਤ ਵੀ ਭਜਵਾਏ ਜਾਨ ਕਸ਼ਮੀਰੀ ਸਾਹਿਬ ਨੇ ਵੀ ਸਾਨੂੰ ਇੱਕ ਸ਼ੇਅਰ ਭੇਜਿਆ ਕਿ ਇਸ ਅਖਾਨ ਦਾ ਕੀ ਤਰਜਮਾ ਹੈ ਉਹ ਵੀ ਇਨਸ਼ਾਅੱਲਾ ਅਸੀਂ ਤੁਹਾਡੀ ਖidmat ਵਿੱਚ ਤੁਹਾਡੀ ਸੇਵਾ ਵਿੱਚ ਪੇਸ਼ ਕਰਾਂਗੇ ਸਰੇ ਦਸਤੇ ਅਸੀਂ ਤੁਹਾਡਾ ਨਾਂ ਲੈ ਕੇ ਖੁਸ਼ ਹੋਣਾ ਚਾਹੁੰਦੇ ਸਾਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਸਾਂ ਸਾਡੇ ਹੋਰ ਵੀ ਬਹੁਤ ਸਾਰੇ ਮਿੱਤਰ ਸਾਡੇ ਮੁਸ਼ਫਿਕ ਸਾਡੇ ਮਿਹਰਬਾਨ ਸਾਡੇ ਨਾਲ ਰਾਪਤੇ ਚ ਹੁੰਦੇ ਨੇ ਉਹਨਾਂ ਦੇ ਇਸਮਾਇ ਗ੍ਰਾਮੇ ਵੀ ਤੁਹਾਡੇ ਹਜ਼ੂਰ ਦਰਾਂਦੇ ਰਵਾਂਗੇ ਇੱਕੋ ਹੀ ਪ੍ਰੋਗਰਾਮ ਦੇ ਵਿੱਚ ਜੇ ਸਾਰੇ ਪਿਆਰਿਆਂ ਦੇ ਨਾਮ ਲੈਣੇ ਸ਼ੁਰੂ ਕਰ ਦਿੱਤੇ ਤੇ ਫਿਰ ਪੂਰਾ ਵਕਤ ਜਿਹੜਾ ਉਹ ਤੇ ਐਵੇਂ ਹੀ ਬੀਤ ਜਾਏਗਾ ਇਸ ਲਈ ਆਓ ਤੁਹਾਡੇ ਪਿੱਛੇ ਆਏ ਹੋਏ ਅਖਾਣਾ ਦੀ ਬੁਚਕੀ ਚਾਹੀਏ ਤੇ ਚੁੱਕ ਕੇ ਚਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਕੋਲ ਤੇ ਚੱਲ ਕੇ ਉਹਨਾਂ ਤੋਂ ਤੁਹਾਡੇ ਸਵਾਲਾਂ ਦੇ ਜਵਾਬਾਂ ਤੇ ਤੁਹਾਡੇ ਅਖਾਣਾ ਦੇ ਮਤਲਬ ਤੇ ਤਰਜਮੇ ਪੁੱਛੀਏ ਤੇ ਆਓ ਸਾਡੇ ਨਾਲ ਅਸਲਾਮ ਅਲੈਕਮ ਜਨਾਬ ਬਾਬਾ ਜੀ ਬਿਸਮਿਲ্লাহ ਵਾਲੇਕਮ ਸਲਾਮ ਸਤ ਬਿਸਮਿਲ্লাহ ਜੀ ਆਇਆਂ ਬੜੀ ਮਿਹਰਬਾਨੀ ਜਨਾਬ ਬੜੀ ਤੁਹਾਡੀ ਨਵਾਜ਼ਾ ਸੀ ਅੱਛਾ ਮੇਰੀ ਸਰਕਾਰ ਅੱਜ ਜਿਹੜੇ ਖਾਨ ਅਸੀਂ ਲੈ ਗਏ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਆਂ ਹੂੰ ਹੂੰ ਇਹ ਸਾਡੇ ਬੇਲੀ ਸਾਡੇ ਦਰਸ਼ਕ ਨੇ ਜੀ ਇੰਡੀਆ ਤੋਂ ਜੀ ਦੁਰਪਿੰਦਰ ਸਿੰਘ ਜੀ 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 ਉਹਨਾਂ ਖਾਨ ਪੁਝਵਾਇਆ ਹੂੰ ਹੂੰ ਉਹ ਆਖਦੇ ਨੇ ਜੀ ਕਿ ਦਰਖਤ ਜਾਂ ਰੁੱਖ ਹੂੰ ਆਪਣੇ ਫਲਾਂ ਤੋਂ ਹੀ ਪਛਾਣਿਆ ਜਾਂਦਾ ਹੈ ਬਿਲਕੁਲ ਸਿੱਧੀ ਇਹਦਾ ਕੀ ਮਤਲਬ ਬੜੀ ਸਿੱਧੀ ਗੱਲ ਹੈ ਜੀ ਮਸਨ ਇੱਕ ਬੰਦਾ ਹੈ ਅਗਰ ਉਹਦੇ ਕਾਰਜ ਜਿਹੜੇ ਉਹਦੇ ਕੰਮ ਚੰਗੇ ਨੇ ਤੇ ਲੋਕ ਉਹਦੀ ਸ਼ਲਾਣਾ ਕਰਨਗੇ ਜੀ ਅਗਰ ਉਹਦੇ ਕੰਮ ਮੰਦੇ ਨੇ ਤੇ ਲੋਕ ਉਹਨੂੰ ਗਾਲ੍ਹਾਂ ਕੱਢਣਗੇ ਹਾਂ ਹਾਂਜੀ ਹਾਂਜੀ ਰੋਖੇ ਰੋਖਦਾ ਫਲ ਕੌੜਾ ਹੋਏਗਾ ਹਾਂਜੀ ਤੇ ਉਹਨੂੰ ਕੋਈ ਮੂੰਹਕ ਨਹੀਂ ਪਾਏਗਾ ਠੁੱਕ ਛੱਡਣਗੇ ਹਾਂ ਮੂੰਹ ਜ ਪਾਉਂਦਿਆਂ ਸਾਰ ਠੁੱਕ ਛੱਡਣਗੇ ਹਾਂਜੀ ਹਾਂਜੀ ਤੇ ਜੇ ਫਲ ਉਹਦਾ ਮਿੱਠਾ ਹੋਏਗਾ ਤੇ ਫੇਰ ਉਹਨੂੰ ਲੋਕੀ ਖਾਣਗੇ ਤੇ ਰੁੱਖ ਲਾਣ ਵੇ ਇਹਨੂੰ ਦੁਆਵਾਂ ਵੀ ਦੇਣ ਵਾਹ ਹਾਂਜੀ ਜੰਦਾਬਾਦ ਇਸਰਾਈ ਹਾਂਜੀ ਤੇ ਮਤਲਬ ਇਹ ਵੇ ਕਿ ਰੋਖ ਦੀ ਪਛਾਣ ਜਿਹੜੀ ਐ ਉਹ ਆਪਣੇ ਫਲ ਤੋਂ ਐ ਜਾਂ ਬੰਦਾ ਉਹਦੀ ਔਲਾਦ ਅਗਰ ਚੰਗੀ ਹੋਏਗੀ ਹਾਂਜੀ ਤੇ ਕਿਸੇ ਨੂੰ ਮਿਲੇਗੀ ਉਹਦਾ ਕੋ ਪੁੱਤਰ ਕਿਸੇ ਨੂੰ ਮਿਲੇਗਾ ਕਿਸੇ ਨੂੰ ਇੱਜ਼ਤ ਨਾਲ ਕੋ ਆਏਗਾ ਉਹਨਾਂ ਦੀਆਂ ਕਰਤੂਤਾ ਚੰਗੀਆਂ ਹੋਣਗੀਆਂ ਮਿਹਨਤੀ ਹੋਣਗੇ ਹੱਕ ਲਾਲ ਦੀ ਰੋਜ਼ੀ ਖਾਣ ਵਾਲੇ ਹੋਣਗੇ ਤੇ ਲੋਕ ਆਖਣਗੇ ਵੀ ਯਾਰ ਇਹ ਫਲਾਣੇ ਦਾ ਪੁੱਤਰ ਐ ਹਾਂ ਤੇ ਸਿਆਣੇ ਆਂਦੇ ਨੇ ਬੱਲੇ ਦਾ ਬੱਲਾ ਨਾ ਹੋਏਗਾ ਤੇ ਮੱਥੇ ਫੁੱਲੀ ਜ਼ਰੂਰ ਹੋਏਗੀ ਵਾਹ ਹਾਂਜੀ ਕਿ ਬੱਲੇ ਦਾ ਬੱਲਾ ਨਾ ਹੋਏਗਾ ਮੱਥੇ ਫੁੱਲੀ ਬੱਲਾ ਰਾਂਗੇ ਇਹ ਢੱਗਾ ਜਿਹੜਾ ਨਾ ਕਿ ਬੱਲਾ ਰਾਂ ਚ ਚੰਗਾ ਭੱਗਦਾ ਨਾ ਉਹ ਹਾਂਜੀ ਅੱਛਾ ਅਗਰ ਉਹ ਬੱਲੇ ਦਾ ਬੱਲਾ ਨਾ ਹੋਏਗਾ ਕਿ ਯਾਨੀ ਇਹਦਾ ਮਤਲਬ ਇਹ ਹੈ ਕਿ ਚੰਗੇ ਪਿਓ ਦਾ ਪੁੱਤਰ ਅਗਰ ਚੰਗਾ ਨਾ ਵੀ ਪੂਰਾ ਹੋਇਆ ਤੇ ਉਹਦੇ ਚ ਉਹਦੇ ਮੱਥੇ ਚ ਗੰਗਾ ਹੋਣ ਦਾ ਚੰਗਿਆਈ ਦਾ ਨਿਸ਼ਾਨ ਜ਼ਰੂਰ ਹੋਏਗਾ ਕੋਈ ਸਿਫਤ ਤੇ ਪਿਓ ਵਾਲੀ ਆਪਿਓ ਵਾਲੀ ਕੋਈ ਨਾ ਸਿਫਤ ਜਿਹੜੀ ਹੈ ਨਾ ਉਹਦੇ ਵਿੱਚ ਉਹਦੇ ਵਿੱਚ ਆਵੇਦੀ ਹਾਂਜੀ ਤੂੰ ਇਹਦੇ ਵਿੱਚ ਇਹ ਆਖਣ ਦਾ ਮਤਲਬ ਇਹ ਹੀ ਹੈ ਕਿ ਵੇਖੋ ਨਾ ਆੱਖਾਂ ਧੀ ਨੂੰ ਸਮਝਾਵਾ ਨੂੰ ਨੂੰ ਕਿ ਗੱਲ ਤੇ ਰੁਕਦੀ ਕੀਤੀ ਗਈ ਹੈ ਲੇਕਿਨ ਗੱਲ ਅਸਲ ਵਿੱਚ ਭੇਤੇ ਬੰਦਿਆਂ ਦੀ ਕੀਤੀ ਗਈ ਹੈ ਵਾਹ ਵਾਹ ਜਿਹੜੀ ਚੰਗਿਆਂ ਲੋਕਾਂ ਦੀ ਔਲਾਦ ਜਿਹੜੀ ਹੈ ਉਹ ਮਤਲਬ ਇਹ ਕਿ ਆਪਣੀਆਂ ਕਰਤੂਤਾਂ ਦੀ ਵਜ੍ਹਾ ਨਾਲ ਜਦੋਂ ਚੰਗਿਆਈ ਕਰੇਗੀ ਤੇ ਪਛਾਨਣਗੇ ਲੋਕ ਤੇ ਲੋਕੀ ਆਖਣਗੇ ਯਾਰ ਚੰਗੇ ਪਿਓ ਦਾ ਪੁੱਤਰ ਹੈ ਤੇ ਜੇ ਉਹਨਾਂ ਦੀਆਂ ਕਰਤੂਤਾਂ ਭੈੜੀਆਂ ਹੋਣਗੀਆਂ ਤੇ ਨੌਲਣਗੇ ਉਹਨਾਂ ਦੇ ਪਿਓ ਨੂੰ ਵੀ ਲੋਕ ਤੇ ਮਾਂ ਨੂੰ ਵੀ ਨੌਲਣਗੇ ਹਾਂਜੀ ਵਾਹ ਤੋ ਇਹ ਹੈ ਇਸਾ ਖਾਨ ਦਾ ਮਤਲਬ ਲਓ ਜੀ ਸਰਦਾਰ ਜੀ ਬੜੀ ਬਾਬਾ ਜੀ ਨੇ ਸੋਹਣੀ ਵੰਡ ਕਰ ਛੱਡੀ ਏ ਯਾਨੀ ਤੁਸੀਂ ਵੇਖੋ ਨਾ ਕਿ ਜਿਸ ਤਰ੍ਹਾਂ ਦਰਖਤ ਦਾ ਜਿਵੇਂ ਫਲ ਉਹਦੀ ਪਛਾਣ ਹੁੰਦੀ ਏ ਇਸੇ ਤਰ੍ਹਾਂ ਆਦਮੀ ਦਾ ਫਲ ਉਦੀ ਔਲਾਦ ਹੁੰਦੀ ਹੈ ਇੱਕ ਸ਼ਾਇਰ ਨੇ ਲਿਖਿਆ ਸੀ ਕਿ ਦਾਲ ਦੁਨੀਆ ਦੇ ਬਹੁਤ ਮੈਂ ਫਲ ਵੇਖੇ ਇੱਕ ਫਲ ਜਿਆ ਕੋਈ ਫਲ ਨਹੀਂ ਉਹ ਫਲ ਔਲਾਦ ਦਾ ਫਲ ਹੈ ਜਿਹੜਾ ਆਦਮੀ ਦੇ ਰੁੱਖ ਨੂੰ ਲੱਗਦਾ ਹੈ ਤੇ ਜਿਵੇਂ ਔਲਾਦ ਚੰਗੀ ਹੋਵੇ ਤੇ ਉਹਦੇ ਪਿਓ ਦੀ ਸੋਭਾ ਹੁੰਦੀ ਹੈ ਇਸੇ ਤਰ੍ਹਾਂ ਦਰਖਤ ਦਾ ਫਲ ਦਰਖਤ ਦਰਖਤ ਦੀ ਔਲਾਦ ਹੁੰਦੀ ਹੈ ਤੇ ਦਰਖਤ ਦਾ ਫਲ ਸੋਨਾ ਹੋਵੇ ਮਿੱਠਾ ਹੋਵੇ ਤੇ ਉਸ ਦਰਖਤ ਦੀ ਵੀ ਸੁਝਾਨ ਔਰ ਉਹਦਾ ਆਦਰ ਉਹਦਾ ਇਤਰਾਮ ਹੁੰਦਾ ਇਸ ਅਖਾਣ ਵਿੱਚ ਦੋ ਹੀ ਗੱਲਾਂ ਦੱਸੀਆਂ ਗਈਆਂ ਨੇ ਕਿ ਬੰਦੇ ਨੂੰ ਆਪ ਵੀ ਬਾ ਕਿਰਦਾਰ ਹੋਣਾ ਚਾਹੀਦਾ ਤੇ ਅੱਗੋਂ ਔਲਾਦ ਜਿਹੜੀ ਹੈ ਉਹਦੀ ਵੀ ਤਰਬੀਅਤ ਅਜੇ ਹੀ ਕਰਨੀ ਚਾਹੀਦੀ ਹੈ ਕਿ ਸਾਲੇ ਧੀਆ ਪੁੱਤਰ ਹੋਣ ਉਹ ਵੀ ਬਾਪ ਦੀ ਸ਼ਨਾਹਤ ਦਾ ਸਬਬ ਫਿਰ ਬਣਦੇ ਨੇ ਜੀ ਬਾਬਾ ਜੀ ਸਾਡੇ ਇੱਕ ਦਰਸ਼ਕ ਨੇ ਸਮਰ ਗਿੱਲ ਹੋਰੀ ਬੜੇ ਪਿਆਰੇ ਸਾਨੂੰ ਕਮੈਂਟਸ ਵੀ ਭਜਵਾਉਂਦੇ ਨੇ ਬੜੀਆਂ ਖੂਬਸੂਰਤ ਤਜਾਵੀਜ਼ ਵੀ ਦਿੰਦੇ ਨੇ ਉਹਨਾਂ ਵਾਰਿਸ਼ਾ সৈয়দ ਦਾ ਇੱਕ ਮਸਰਾ ਪਜੂ ਆਇਆ ਹੈ ਜਿਹੜਾ ਕਿ ਅਖਾਨ ਦਾ ਦਰਜਾ ਰੱਖਦਾ ਹੈ ਉਹ ਇਹ ਵੇ ਕਿ ਵਾਰਿਸ਼ਾ ਨਾ ਹੱਤਾਂ ਜਾਂਦੀਆਂ ਨਹੀਂ ਭਾਵੇਂ ਕਟਿਏ ਪੂਰੀਆ ਪੂਰੀਆ ਹਾਂਜੀ ਇਹਦਾ ਕੀ ਸਰ ਤਰਜਮਾ ਇਹ ਦੱਸਿਆ ਜਾਂਦਾ ਹੈ ਇਸ ਅਖਾਨ ਵਿੱਚ ਬਰਿਸ਼ਾ ਸਾਹਿਬ ਦੇ ਇਸ ਮਸਰੇ ਵਿੱਚ ਦੱਸਿਆ ਗਿਆ ਹੈ ਕਿ ਮਤਲਬ ਜਿਹੜੀ ਆਦਤ ਪੈ ਗਈ ਹੈ ਨਾ ਉਹ ਨਿੱਕੇ ਹੁੰਦਿਆਂ ਦੀ ਬੰਦੇ ਨੂੰ ਜਿਹੜੀ ਆਦਤ ਪੈ ਜਾਏ ਉਹ ਆਦਤ ਹਟਦੀ ਨਹੀਂ ਨਹੀਂ ਆਦਤ ਪਈ ਕੁੜੀ ਨੂੰ ਉਨਾਂ ਜਾਵੇ ਬੁੱਢੀ ਕੁੜੀ ਨੂੰ ਇਹ ਵੀ ਇੱਕ ਆਖਾਂ ਹਾਂਜੀ ਕਿ ਬੁੱਢੀ ਮਤਲਬ ਇਹ ਨਿੱਕੇ ਹੁੰਦਿਆਂ ਜਿਹੜੀ ਆਦਤ ਪੈ ਜਾਏ ਚੰਗੀ ਹੋਵੇ ਜਾਂ ਮੰਦੀ ਹੋਵੇ ਉਹ ساری ਉਮਰ ਉਹਦੇ ਨਾਲ ਜਾਂਦੀ ਏ ਕਿ ਬੰਦੇ ਦੀਆਂ ਆਤਾਂ ਕਬਰ ਦੇ ਨਾਲ ਕਬਰ ਤੱਕ ਉਹਦੇ ਨਾਲ ਜਾਂਦੀਆਂ ਨੇ ਇਹ ਵੀ ਇੱਕ ਆਖਾਂ ਨੇ ਹਾਂਜੀ ਤੋ ਮਤਲਬ ਇਹ ਕਿ ਵਾਰਤ ਸ਼ਾ ਨਾ ਆਤਾ ਜਾਂਦੀਆਂ ਨਹੀਂ ਭਾਵੇਂ ਕੱਟਿਏ ਪੂਰੀਆ ਪੂਰੀਆ ਵੇ ਕਿ ਕਮਾ ਦੇ ਉਹਨਾਂ ਗੰਨੇ ਦੀਆਂ ਗੁੱਲੀਆਂ ਵੀ ਘਰ ਛੜੋ ਨਾ ਤੇ ਉਹਦੇ ਜਿਹੜੇ ਬਸਫ ਨੇ ਗੰਨੇ ਦੇ ਉਹ ਗੰਨੇ ਵਾਲੇ ਹੀ ਰਹਿਣਗੇ ਵਾਹ ਹਾਂਜੀ ਉਹ ਪੋਰੀਆ ਚੁੱਪ ਹੋਗੇ ਤੇ ਮਿੱਠੀਆਂ ਹੀ ਲੱਗਣਗੀਆਂ ਹਾਂਜੀ ਯਾਨੀ ਉਹਨੂੰ ਤੁਸੀਂ ਕੱਟਣ ਦੇ ਨਾਲ ਵੀ ਉਹਦੀ ਆਦਤ ਉਹਦੀ ਫਿਤਰਤ ਜਿਹੜੀ ਹੈ ਨਹੀਂ ਬਦਲੇਗੀ ਗੰਨੇ ਨੇ ਆਪਣੀ ਸਿਫਤ ਤੇ ਹੀ ਰਹਿਣਾ ਹਾਂਜੀ ਤੋ ਇਸ ਖਾਨੇ ਚ ਦੱਸਿਆ ਗਿਆ ਕਿ ਚੰਗੀਆਂ ਸਿਫਤਾਂ ਦੇ ਜਿਹੜੇ ਲੋਕ ਨੇ ਉਹ ਉਹਨਾਂ ਨੂੰ ਤੁਸੀਂ ਵੱਡ ਟੋਕ ਵੀ ਦਿਓ ਹਾਂ ਹਾਂਜੀ ਮਾਰ ਵੀ ਦਿਓ ਲੇਕਿਨ ਉਹਨਾਂ ਦੀ ਜਿਹੜੀ ਹਾਲਤ ਵੀ ਹੋਏਗੀ ਉਹਦੇ ਵਿੱਚ ਵੀ ਉਹਨਾਂ ਕੋ ਚੰਗਿਆਈ ਮਿਲੇਗੀ ਉਹਨਾਂ ਕੋ ਬੁਰਾਈ ਨਹੀਂ ਲਓ ਜੀ ਕਿੰਡੀ ਪਿਆਰੀ ਗੱਲ ਸਾਬ ਤੁਸੀਂ ਵੇਖੋ ਸਾਡੇ ਬਾਬਾ ਜੀ ਨੇ ਵੰਡ ਕੀਤੀ ਏ ਭਈ ਵਾਰਸ਼ਾ ਨਾ ਆ ਤਾਂ ਜਾਂਦੀਆਂ ਨਹੀਂ ਹੁਣ ਪੂਰੀ ਗੰਨਾ 6-7 ਫੁੱਟ ਦਾ ਲੰਮਾ ਖਲੋਤਾ ਹੁੰਦਾ ਹੈ ਫਸਲ ਦੇ ਵਿੱਚ ਉਹ ਮਿੱਠਾ ਸ਼ਹਿਦ ਹੁੰਦਾ ਉਹਦਾ ਰਸ ਮਿੱਠਾ ਹੁੰਦਾ ਗੰਨੇ ਤੋਂ ਹੀ ਉਹਦੀ ਰੋਹ ਬਣਦੀ ਹੈ ਰੋਹ ਤੋਂ ਫਿਰ ਅਸੀਂ ਚੀਨੀ ਬਣਾਉਂਦੇ ਆ ਤੇ ਬਾਬਾ ਜੀ ਮਿਸਾਲ ਦਿੱਤੀ ਵੀ ਗੰਨੇ ਨੂੰ ਛੋਟੀਆਂ-ਛੋਟੀਆਂ ਉਹਦੀਆਂ ਗੰਢੇਰੀਆਂ ਕਰ ਦਿੱਤੀਆਂ ਜਾਂ ਨਾ ਪੂਰੀਆ ਪੂਰੀਆ ਕਰਕੇ ਵੀ ਕੱਟ ਛੱਡਿਆ ਜਾਏ ਤੇ ਉਹਦੀ ਹਰ ਪੂਰੀ ਵੀ ਜਿਹੜੀ ਹੈ ਉਹਦੇ ਵਿੱਚ ਵੀ ਮਿਠਾਸ ਨਹੀਂ ਜਾ ਸਕਦੀ ਜਿਹੜੀ ਕਿ ਉਹਦਾ ਅਸਲ ਹੈ ਉਹਦੀ ਜਿਵੈਲਾਤ ਹੈ ਉਹਦੀ ਫਿਤਰਤ ਹੈ ਉਹਦੀ ਨੇਚਰ ਹੈ ਇਸੇ ਤਰ੍ਹਾਂ ਪੀਰ ਵਾਰਿਸ਼ਾ ਸੈਦੁਰਾਂ ਜਿਹੜਾ ਫਰਮਾਇਆ ਨਾ ਕਿ ਵਾਰਿਸ਼ਾ ਨਾ ਹੱਤਾਂ ਜਾਂਦੀਆਂ ਨਹੀਂ ਭਾਵੇਂ ਕਟਿਏ ਪੋਰੀਆ ਪੋਰੀਆ ਹੋਏ ਕਿਸੇ ਦਾਨੇ ਆਖਿਆ ਸੀ ਕਿ ਆਦਤਾਂ ਇਬਤਦਾ ਦੇ ਵਿੱਚ ਤੇ ਕੱਚਿਆਂ ਧਾਗਿਆਂ ਵਾਂਗ ਹੁੰਦੀਆਂ ਨੇ ਲੇਕਿਨ ਹੌਲੀ-ਹੌਲੀ ਇਹ ਬੰਦੇ ਨੂੰ ਲੋਹੇ ਦੇ ਭਾਰੀ ਸੰਗਲਾਂ ਵਾਂਗ ਸੰਗਲ ਬਣ ਕੇ ਤੇ ਜਕੜ ਲੈਂਦੀਆਂ ਨੇ ਔਰ ਬੰਦਾ ਫਿਰ ਉਹਨਾਂ ਦੇ ਵਿੱਚੋਂ ਛੁੰਡ ਨਹੀਂ ਛਡਾ ਸਕਦਾ ਇੱਕ ਹੋਰ ਆਖਦੇ ਨੇ ਵੀ ਆਦਤ ਫਿਰ ਮੌਤ ਯਾਨੀ ਮਰ ਕੇ ਹੀ ਆਦਤ ਛੁੱਟਦੀ ਹੈ ਜੋ ਫਿਤਰਤ ਹੈ ਜੋ ਅਸਲ ਹੈ ਜੋ ਬਣ ਜਾਂਦੀ ਹੈ ਬੰਦੇ ਦੀ ਅਸਲੀਅਤ ਉਹ ਫਿਰ ਬੰਦੇ ਦੀ ਜਾਨ ਨਹੀਂ ਛੱਡਦੀ ਜਿਵੇਂ حضرت ਸਫੀ ਸੁਲਤਾਨੁਲ ਆਰਫੀਨ ਦਾ ਇੱਕ ਬੜਾ ਹੀ ਪਿਆਰਾ ਚੋ ਮਿਸਰਾ ਹੈ ਪਈ ਨਾਲ ਕੁਸੰਗੀ ਸੰਗ ਨਾ ਕਰੀਏ ਤੇ ਕੁੱਲ ਨੂੰ ਲਾਜ ਨਾ ਲਾਈਏ ਹੋ ਤੂੰ ਮੈਂ ਤਰਬੂਜ਼ ਮੂਲ ਨਾ ਥੀਂਦੇ ਭਾਵੇਂ ਤੋੜ ਮੱਕੇ ਲੈ ਜਾਈਏ ਹੋ ਤੇ ਕਾਵਾ ਦੇ ਬੱਚੇ ਕਦੀ ਹੰਸ ਨਹੀਂ ਥੀਂਦੇ ਭਾਵੇਂ ਮੋਤੀਆਂ ਚੋਗ ਚੁਗਾਈਏ ਹੋ ਤੇ ਖਾਰੇ ਖੂ ਨਾ ਮਿੱਠੇ ਹੁੰਦੇ ਹਜ਼ਰਤ ਬਾਹੂ ਭਾਵੇਂ ਸਹਿ ਮਨਾ ਗੁੜ ਪਾਈਏ ਹੋ ਇਸੇ ਤਰ੍ਹਾਂ ਜਿਵੇਂ ਫਿਤਰਤ ਨਹੀਂ ਬਦਲਦੀ ਜੁਬਿੱਲਤ ਨਹੀਂ ਬਦਲਦੀ ਕਿਸੇ ਦੀ ਉਸੇ ਤਰਾਈਂ ਆਦਤਾਂ ਵੀ ਨਹੀਂ ਜਾਂਦੀਆਂ ਇਹ ਵੀ ਨਿਕਿਆ ਹੁੰਦਿਆਂ ਦੀਆਂ ਪਈਆਂ ਹੋਈਆਂ ਅਖਾਨ ਇੱਕ ਹੋਰ ਬਾਬਾ ਜੀ ਨੇ ਵਿੱਚ ਜੋੜ ਕੇ ਸਾਨੂੰ ਸੁਣਾਇਆ ਵੀ ਆਦਤ ਪਈ ਕੁੜੀ ਨੂੰ ਨਾ ਗਈ ਬੁੱਢੀ ਉੜੀ ਨੂੰ ਇਹ ਨਹੀਂ ਫਿਰ ਜਾਂਦੀਆਂ ਮਰਨ ਤੱਕ ਪਿੱਛਾ ਕਰਦੀਆਂ ਨੇ ਬੰਦੇ ਦਾ ਬਾਬਾ ਜੀ ਅਗਲਾ ਜਿਹੜਾ ਅਖਾਨ ਹੈ ਉਹ ਸਾਡੀ ਧੀ ਨੇ ਤੇ ਸਾਡੀਆਂ ਮੁਸਤਕਿਲ ਦਰਸ਼ਕ ਵੀ ਨੇ سیدਾ ਜ਼ਰੀਆਬ ਹੈਦਰ ਹਮ ਹਮ ਸਖਰ ਤੋਂ ਉਹਨਾਂ ਪਿਜਵਾਇਆ ਅੱਛਾ ਉਹ ਆਖਦੀਆਂ ਨੇ ਵੀ ਇਹਦਾ ਤਰਜਮਾ ਦੱਸੋ ਵੀ ਬਰਾਸੀਆਂ ਦੇ ਘਰ ਪੁੱਤਰ ਜੰਮਿਆ ਤੇ ਉਹਨਾਂ ਚੁੱਮ-ਚੁਮ ਕੇ ਮਾਰ ਛੱਡਿਆ ਵਾਹ ਇਹਦਾ ਕੀ ਤਰਜਮਾ ਹਾਂਜੀ ਇਹ ਦੱਸਿਆ ਗਿਆ ਹੈ ਕਿ ਜਦੋਂ ਤੁਸੀਂ ਕਿਸੇ ਇਹ ਮਰਾਸੀ ਜਿਹੜੀ ਇਹਨਾਂ ਦੀ ਇਹ ਅਸਲ ਲਫ਼ਜ਼ੇ ਮੀਰਾਸ ਤੋਂ ਜੀ ਸਾਡੀ ਵਿਰਾਸਤ ਦੇ ਇਹ ਲੋਕ ਵਾਰਸ ਹਨ ਵਾਹ ਜਿੰਨੀ ਸਾਡੇ ਸ਼ਿਜਰੇ ਇਹ ਲਿਖਦੇ ਹੁੰਦੇ ਸਨ ਸਾਡੇ ਸਾਰੇ ਕਬੀਲਿਆਂ ਦੇ ਹਾਂਜੀ ਜੀ ਉਹ ਇਹ ਬੜੀ ਨਰਮ ਨਾਜ਼ਕ ਕੌਮ ਸੀ ਇਹਨਾਂ ਦੇ ਘਰ ਸਿਆਲ ਪਹਿਲਾਂ ਆਉਂਦਾ ਠੰਡ ਪਹਿਲਾਂ ਆਉਂਦੀ ਹੈ ਤੇ ਜਾਂਦੀ ਮਗਰੋਂ ਹਾਂਜੀ ਕਰਨਾ ਇਹਨਾਂ ਸਾਰੀ ਉਮਰ ਮਿਹਨਤ ਹੱਡ ਭੰਨ ਕੇ ਨਹੀਂ ਕਰਨੀ ਬੜੇ ਸੋ ਸੁਖੱਲੇ ਜੇ ਰਹਿਣੇ ਤੇ ਜਜਮਾਨਾਂ ਦੇ ਜਾ ਕੇ ਤੇ ਉਹਨਾਂ ਦੇ ਕੋਲੋਂ ਹੀ ਵਧਾਈਆਂ ਲੈ ਲੈਣੀਆਂ ਤੇ ਆਪਣਾ ਗੁਜ਼ਾਰਾ ਇੰਜ ਹੀ ਕਰਨਾ ਜਦੋਂ ਕੋ ਉਹਨਾਂ ਅਲਬਾਲ ਜੰਮਣਾ ਉਹਨੂੰ ਜਾ ਕੇ ਵਧਾਈ ਦੇਣੀ ਮੁਬਾਰਕ ਦੇਣੀ ਹਾਂਜੀ ਉਹਨਾਂ 4 ਪੈਸੇ ਦੇਣੇ ਤੇ ਉਹਦੇ ਨਾਲ ਹੀ ਇਹ ਲੋਕ ਤੂੰ ਇਹ ਬੜੀ ਨਾਜ਼ਕ ਨਰਮ ਜਈ ਕੌਮ ਹੈ ਆਪਣਾ ਸਿਲਸਿਲਾ ਇੰਜ ਹੀ ਚਲਾਉਂਦੇ ਹਾਂ ਉਹ ਇਸੇ ਨੇ ਚਲਾਉਂਦੇ ਨੇ ਤੇ ਉਹ ਦੱਸਦੇ ਨੇ ਵੀ ਮਤਲਬ ਇਹ ਵੀ ਕਿ ਇਹਨਾਂ ਨੂੰ ਇਹਨਾਂ ਨੂੰ ਕੋਈ ਐਸੀ ਸ਼ਾ ਜਦੋਂ ਮਿਲ ਜੇ ਨਾ ਇਹ ਨਹੀਂ ਐ ਚੰ ਚੇਤੀ ਹਾਂ ਕੋਈ ਚੰਗੀ ਸ਼ਾਇ ਮਿਲ ਜੇ ਉਹ ਵੱਡੀ ਖੁਸ਼ੀ ਲੱਭ ਉਹ ਵੱਡੀ ਖੁਸ਼ੀ ਲੱਭ ਜਾਏ ਕਿ ਉਹ ਮਤਲਬ ਇਹ ਖੁਸ਼ੀ ਤੋਂ ਇਨੇ ਕੋ ਖੁਸ਼ ਹੁੰਦੇ ਨੇ ਕਿ ਉਹ ਜਿਵੇਂ ਕੋਈ ਨਵੇਂ ਜੰਮੇ ਬਾਲ ਨੂੰ ਚੁੰਮ ਚੁੰਮ ਕੇ ਮਾਰ ਛੱਡਣਾ ਹਾਂਜੀ ਤੋਂ ਅਸਲ ਵਿੱਚ ਇਹ ਬਾਲ ਜੰਮਣ ਦੀ ਗੱਲ ਨਹੀਂ ਗੱਲ ਇਹ ਵੇ ਕਿ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਹੁੰਦੀਆਂ ਨੇ ਜਦੋਂ ਜਜਮਾਨਾਂ ਕੋ ਜਾਂਦੇ ਨੇ 4 ਪੈਸੇ ਮਿਲਦੇ ਨੇ ਹਾਂਜੀ ਤੇ ਉਹ ਜਦਾਂ ذرا ਕੋ ਕਿਤੇ ਵੱਡੀ ਖੁਸ਼ੀ ਮਿਲ ਜਾਏ ਤੇ ਉਹ ਫਿਰਨਾ ਮਤਲਬ ਇਹ ਕਿ ਫੇਰੇ ਕੀ ਕਰਨਗੇ ਕਿ ਉਹ ਬੜਾ ਮਤਲਬ ਖਾਣ ਪੀਣ ਦੇ ਬੜੇ ਵੱਜਰੀ ਹੁੰਦੇ ਨੇ ਹਾਂਜੀ ਹਾਂਜੀ ਤੇ ਕਰੇਲੇ گوشਤ ਉਹਨਾਂ ਪਕਾਣੇ ਨੇ ਤੇ ਉਹ ਬੜਾ ਕੁਝ ਇਸ ਤਰ੍ਹਾਂ ਕਰਨਾ ਹੈ ਤੂੰ ਇਹਦੇ 'ਚ ਦੱਸਿਆ ਗਿਆ ਕਿ ਬੜੀ ਯਾਨੀ ਕੌਮ ਬੜੀ ਮਤਲਬ ਸਾਡੇ ਵਿਰਸੇ ਦੀ ਸੰਭਾਲ ਕਰਨ ਵਾਲੀ ਦਾਨਸ਼ ਇਹਨਾਂ ਦੀ ਕੁੱਖ ਦੇ ਵਿੱਚ ਹੁੰਦੀ ਸੀ ਹਾਂਜੀ ਮਜ਼ਾਕ ਦਾਨਸ਼ ਸ਼ੌਰ ਉਹ ਇਹਨਾਂ ਦੇ ਖੂਨ ਦੇ ਅੰਦਰ ਸ਼ਾਮਲ ਹੁੰਦਾ ਵਾਹ ਵਾਹ ਲੇਕਿਨ ਇਹ ਵੇ ਕਿ ਇਹਨਾਂ ਜਾ ਕੇ ਤੇ ਆਪਣੇ ਚੋਰੀਆਂ ਨੂੰ ਹਸਾਣਾ ਵੀ ਖੁਸ਼ੀ ਜਾ ਕੇ ਰਲਤ ਕਰਨੀ ਕਿਸੇ ਦੇ ਘਰ ਬਾਲ ਜਮਨਾ ਉੱਥੇ ਜਾ ਕੇ ਭੰਡਾ ਨੇ ਉੱਥੇ ਹਾਂਜੀ ਜਿਆ ਜਿਆ ਵਧਾਈ ਸਲਾਮ ਕਰਨੀ ਜੀ ਜੀ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਇਹਨਾਂ ਕਮਾਇਆ ਹਾਂਜੀ ਹਾਂਜੀ ਫਿਰ ਉਹਨਾਂ ਨੂੰ ਕੋਈ ਯਕਦਮ ਖੁਸ਼ੀ ਕੋ ਵੱਡੀ ਲੱਭ ਗਈ ਤੇ ਉਹ ਨੂੰ ਉਹ برداشت ਹੀ ਨਹੀਂ ਕਰ ਨਹੀਂ ਕਰ ਸਕੀ ਉਹ ਚੁੰਮ ਜਿਵੇਂ ਇਸ ਰਹੀ ਹੈ ਜਿਵੇਂ ਨਵੇਂ ਜੰਮਿਆ ਬਾਲ ਚੁੰਮ ਚੁੰਮ ਕੇ ਮਾਰਦ ਰਿਆ ਤੇ ਉਹ ਹਾਸੇ ਮਖੌਲ ਵਾਲੀ ਵੀ ਇਹ ਕੌਮ ਜਿਹੜੀ ਆ ਔਰ ਇਹਨਾਂ ਦੇ ਮਜ਼ਾਹ ਜਿਹੜਾ ਮਖੌਲ ਜਿਹੜਾ ਉਹ ਇਹਨਾਂ ਦੇ ਖੂਨ ਚ ਸ਼ਾਬਲ ਹੁੰਦਾ ਹੈ ਕਿ ਐਡੀ ਸੱਚਜੀ ਔਰ ਸੋਹਣੀ ਗੱਲ ਕਰਦੇ ਨੇ ਕਿ ਜਿਹੜੀ ਮਤਲਬ ਇਹ ਆਮ ਬੰਦਾ ਨਹੀਂ ਕਰ ਨਹੀਂ ਕਰ ਸਕਦਾ ਲਓ ਜੀ ਬਾਬਾ ਜੀ ਦੱਸਿਆ ਵੀ ਮੀਰਾਸੀ ਇੱਕ ਜੇਹੀ ਕੌਮ ਹੈ ਜਿਨ੍ਹਾਂ ਨੇ ਸਾਡੀ ਵਿਰਾਸਤ ਨੂੰ ਅੱਜ ਤਾਈਂ ਸੰਭਾਲਿਆ ਹੁੰਦਾ ਏ ਇਹ ਬੜੀ ਸੋਹਣੀ ਗੱਲ ਬਾਬਾ ਜੀ ਕੀਤੀ ਕਿ ਬੜੀ ਜ਼ਹੀਨ ਬੜੀ ਹਾਜ਼ਰ ਦਿਮਾਗ ਔਰ ਬੜੇ ਇਹਨਾਂ ਦਾ ਜਿਹੜੀ ਸੈਂਸ ਆਫ ਹਿਊਮਰ ਹੁੰਦੀ ਹੈ ਨਾ ਜਿਹੜੀ ਇਹਨਾਂ ਦੀ ਮਜ਼ਾਕ ਕਰਨ ਦੀ ਹਿਸ ਹੁੰਦੀ ਹੈ ਉਹ ਬੜੀ ਤੇਜ਼ ਹੁੰਦੀ ਹੈ ਲੇਕਿਨ ਸਾਡੇ ਵਸੇਬ ਦੇ ਵਿੱਚ ਮਰਾਸੀ ਬੜਾ ਸ਼ੁਸਤਾ ਤੇ ਬੜਾ ਸ਼ੁਗੁਫਤਾ ਬੜਾ ਸੁੰਦਰ ਕਿਸਮ ਦਾ ਮਜ਼ਾਕ ਕਰਨ ਵਾਲੇ ਹੁੰਦੇ ਸਨ ਇਹਨਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਸਨ ਅਗੋਂ ਕੁਝ ਅਜੇ ਹਨ ਜਿਹੜੇ ਲੋਕਾਂ ਦੇ ਸ਼ਜਰੇ ਯਾਦ ਰੱਖਦੇ ਹਨ ਔਰ ਵਿਆਂਵਾ ਸ਼ਾਦੀਆਂ ਤੇ ਤਕਰੀਬਾਤ ਦੇ ਉੱਤੇ ਜਾ ਕੇ ਸ਼ਜਰੇ ਬੋਲਣੇ ਲੋਕਾਂ ਦੇ ਉਹ ਇਹਨਾਂ ਨੂੰ ਅਜ਼ਬਰ ਹੁੰਦੇ ਸਨ ਫਿਰ ਇਹਨਾਂ ਦੀ ਇੱਕ ਕਿਸਮ ਭੰਡ ਹੁੰਦੇ ਸਨ ਇਹਨਾਂ ਦੇ ਵਿੱਚ ਗਵਈਏ ਵੀ ਹੁੰਦੇ ਸਨ ਔਰ ਬੜੇ ਬੜੇ ਸੁਰਤਾਲ ਨੂੰ ਸਮਝਣ ਵਾਲੇ ਬੜੇ ਬੜੇ ਨਾਮਵਰ ਗਵਈਏ ਹੁੰਦੇ ਸਨ ਫਿਰ ਇਹਨਾਂ ਦੇ ਵਿੱਚ ਸ਼ਾਦੀਆਂ ਵਿਆਹਾਂ ਤੇ ਦੀਗਰ ਖੁਸ਼ੀ ਦੀਆਂ ਤਕਰੀਬਾਤ ਤੇ ਕਿਸੇ ਦੇ ਘਰ ਕੋਈ ਮੁੰਡਾ ਜਮਨਾ ਹੋ ਗਿਆ ਉੱਥੇ ਜਾਣਾ ਉੱਥੇ ਜਾ ਕੇ ਇਹਨਾਂ ਨੇ ਖੁਸ਼ੀਆਂ ਮੰਡਨੀਆਂ ਹਾਸੇ ਖਲਾਰ ਨੇ ਔਰ ਮੈਂ ਅਰਜ਼ ਕਰ ਰਿਹਾ ਹਾਂ ਕਿ ਜਿਹੜਾ ਅੱਜ ਕੱਲ ਸਟੇਜ ਡਰਾਮਿਆਂ ਦੇ ਉੱਤੇ ਗੰਦਾ ਤੇ ਅਲੂਦਾ ਮਜ਼ਾਹ ਰਿਵਾਜ ਪਾ ਰਿਹਾ ਸਾਡੇ ਇਹ ਸਾਡਾ ਪਾਕਿਸਤਾਨ ਵਿੱਚ ਬਦਕਿਸਮਤੀ ਦੇ ਨਾਲ ਉਹ ਸਾਡੇ ਮਿਰਾਸੀਆਂ ਦੀ ਮੀراث ਨਹੀਂ ਸੀ ਇਹ ਤੇ ਮਿਰਾਸੀਆਂ ਦੀ ਸੂਰਤ ਦੇ ਵਿੱਚ ਵੀ ਕੋਈ ਉਦੋਂ ਵੀ ਕੋਈ ਘਟਿਆ ਲੋਕ ਵਿੱਚ ਆਵੜੇ ਨੇ ਅੱਲਾ ਮੇਰਾ ਸੀ ਬੜੇ ਖਾਨਦਾਨ ਲੋਕ ਹੁੰਦੇ ਸਨ ਮਿਰਾਸ ਦੇ ਵਾਰਸ ਹੁੰਦੇ ਸਨ ਉਹ ਜਿੱਥੇ ਛੋਟੇ-ਛੋਟੀਆਂ ਤਕਰੀਬਾਤ ਹੈ ਜ ਜਾਣਾ ਥੋੜੇ-ਥੋੜੇ ਉਹਨਾਂ ਨੂੰ ਪੈਸੇ ਮਿਲ ਜਾਣੇ ਉਹਦੇ ਵਿੱਚ ਹੀ ਅੱਲਾ ਪਾਕ ਦਾ ਸ਼ੁਕਰ ਅਦਾ ਕਰਨਾ ਤੇ ਲੋਕਾਂ ਨੂੰ ਖੁਸ਼ ਤੇ ਰਾਜ਼ੀ ਕਰਕੇ ਲੋਕਾਂ ਦੀਆਂ ਧੀਆਂ ਤੇ ਪੁੱਤਰਾਂ ਦੇ ਵਿਆਹਾਂ ਤੇ ਵਾਜੇ ਵਜਾ ਕੇ ਖੁਸ਼ੀਆਂ ਵੰਡ ਕੇ ਲੋਕਾਂ ਦੇ ਵਿੱਚ ਤੇ ਪੈਸੇ ਇਕੱਠੇ ਕਰਕੇ ਤੇ ਆਪਣਾ ਵਕਤ ਗੁਜ਼ਾਰਦੇ ਸਨ ਤੇ ਉਹ ਜਿਵੇਂ ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਜਿਹੜਾ ਆਦੀ ਹੋਵੇ ਉਹਨੂੰ ਇੱਕਦਮ ਕੋਈ ਵੱਡੀ ਖੁਸ਼ੀ ਮਿਲ ਜਾਏ ਤੇ ਉਹ ਜਾਰੀ ਨਹੀਂ ਸਕਦਾ ਜਿਵੇਂ ਉਰਦੂ ਚ ਆਖਦੇ ਨੇ ਸ਼ਾਦੀ ਮਰਗ ਦੀ ਕਾਫੀਅਤ ਉਹਦੇ ਤੇ ਧਾਰੀ ਹੋ ਜਾਂਦੀ ਹੈ ਉਹ ਹਿਸਾਬ ਹੋਇਆ ਤੇ ਉਹ ਫਿਰ ਆਖਦੇ ਨੇ ਪੇ ਭਈ ਮਰਾਸੀਆਂ ਦੇ ਘਰ ਪੁੱਤਰ ਜਮਿਆ ਕਿਉਮ ਚੁਮਕੋ ਯੋਨਾ ਮਾਰ ਛੜਿਆ ਯਾਨੀ ਅਜੇ ਬੰਦੇ ਨੂੰ ਨਿਮਾਣੇ ਨੂੰ ਜਿਹਨੂੰ ਕਦੀ ਕੋਈ ਵੱਡੀ ਖੁਸ਼ੀ ਨਾ ਮਿਲੀ ਹੋਵੇ ਉਹਨੂੰ ਇੱਕਦਮ ਕੋਈ ਵੱਡੀ ਖੁਸ਼ੀ ਮਿਲ ਜਾਏ ਤੇ ਉਹ ਉਹਨੂੰ ਸਹਾਰ ਨਹੀਂ ਸਕਦਾ ਬਰਦਾਸ਼ਤ ਨਹੀਂ ਕਰ ਸਕਦਾ ਦਿਲ ਚੋਂ ਖੁਸ਼ੀ ਦੀ ਖਬਰ ਸੁਣ ਕੇ ਹੀ ਮਰ ਜਾ ਹਾਲਾਂਕਿ ਬਾਕੀ ਲੋਕ ਤੇ ਕੋਈ ਗਮ ਦੀ ਖਬਰ ਸੁਣ ਕੇ ਕੋਈ ਮਰਦਾ ਹੈ ਨਾ ਲੇਕਿਨ ਜਿਸ ਗਰੀਬ ਨੇ ਕਦੀ ਜ਼ਿੰਦਗੀ 'ਚ ਕੋਈ ਵੱਡੀ ਖੁਸ਼ੀ ਵੇਖੀ ਹੋਈ ਨਾ ਹੋਵੇ ਉਹਨੂੰ ਇੱਕਦਮ ਉਹ ਨੇ ਮਤ ਮਿਲ ਜਾ ਤੇ ਉਹਦੇ ਕੋਲੋਂ ਵੀ ਬਰਦਾਸ਼ਤ ਨਹੀਂ ਹੁੰਦੀ ਬਾਬਾ ਜੀ ਅਗਲਾ ਜਿਹੜਾ ਖਾਨ ਹੈ ਉਹ ਚੌਧਰੀ صدیق ਮੈਰ ਹੋਰਾ ਸਾਨੂੰ ਪਜਵਾ ਹੈ ਹਮਮ ਸਬਜ਼ੀ ਮੰਡੀ ਦੇ ਸਦਰ ਨੇ ਗੁਜਰਾਵਾਲਾ ਉਹ ਆਹਦੇ ਨੇ ਵੀ ਬਾਬਾ ਜੀ ਜਿਹੜੇ ਨੇ ਉਹਨਾਂ ਨੂੰ ਇਹ ਪੁੱਛੋ ਕਿ ਸਾਧਾ ਨੂੰ ਕੀ ਸੁਹਾਦਾ ਨਾਲ ਸਰੇ ਮਲਾਈ ਆਉਣ ਦਿਓ ਇਹਦਾ ਕੀ ਤਰਜਮਾ ਅਸਲ ਜਿਹਦੇ ਜੇ ਟਿਚਕਰ ਕੀਤੀ ਗਈ ਹੈ ਇਹ ਮਾਹੌਲ ਕੀਤਾ ਗਿਆ ਕਿ ਜਿਹੜੇ ਕਿ ਲਾਕ ਲੋਕ ਹੁੰਦੇ ਨੇ ਨਾ ਉਤੋਂ ਝੂਠੇ ਸਾਥ ਬਣੇ ਹੁੰਦੇ ਨੇ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ ਵੀ ਕੋ ਦੁੱਧ ਪਾਣ ਲੱਗਾ ਨਾ ਮਲਾਈ ਪੀਖਾ ਕਰਕੇ ਤੇ ਉਹਨੇ ਆਖਣਾ ਵੀ ਮਲਾਈ ਪੀਆਓ ਚਲੋ ਜੀ ਅਸੀਂ ਸਾਥ ਬੰਦੇ ਆ ਸਾਨੂੰ ਸਣੇ ਮਲਾਈ ਆਉਣ ਦਿਓ ਅਸੀਂ ਪੀ ਪੂ ਲਵਾਂਗੇ ਐ ਹਾਂ ਜੀ ਬਾਬਾ ਜੀ ਮੈਂ ਫਰਮਾਉਂਦਾ ਨੇ ਕਿ ਜਿਹੜੇ ਲੋਕ ਵਖਾਲਾ ਕਰਨ ਵਾਸਤੇ ਸਾਰੀ ਦੁਨੀਆ ਦੇ ਸਾਹਮਣੇ ਸਾਰੀ ਦੁਨੀਆ ਭਾਣੇ ਤੇ ਸਾਧੂ ਬਣੇ ਹੁੰਦੇ ਨੇ ਪਈ ਅਸੀਂ ਅੱਲਾ ਦਾ ਦਰਵੈਸ਼ ਆ ਸਾਨੂੰ ਦੁਨੀਆਦਾਰੀ ਦੀ ਕੋਈ ਲੋਭ ਲਾਲਚ ਨਹੀਂ ਦੁਨੀਆ ਨੂੰ ਇਹ ਦੱਸਦੇ ਨੇ ਪਈ ਅਸੀਂ دین ਦੇ ਵਾਸਤੇ ਵਕਫ ਆ ਸਾਡਾ ਸਾਰੀ ਹਯਾਤੀ ਦਾ ਮਿਸ਼ਨ ਅੱਲਾ ਸਾਈ ਨੂੰ ਰਾਜ਼ੀ ਕਰਨਾ ਹੈ ਸਾਡਾ ਦੁਨੀਆਦਾਰੀ ਦੇ ਨਾਲ ਕੋਈ ਤਲਕ ਵਾਸਤਾ ਨਹੀਂ ਵਖਾਲਾ ਇਸ ਚੀਜ਼ ਦਾ ਦਿੰਦੇ ਨੇ ਤੇ ਵਿੱਚੋਂ ਪੂਰੇ ਹੁੰਦੇ ਨੇ ਗੁਣਾ ਦੇ ਜਿੱਥੋਂ ਕਿਤੋਂ ਕੋਈ ਸ਼ੈ ਲੱਭੇ ਕਿ ਤੋ ਕੋ ਮੁਨਾਫਾ ਹੁੰਦਾ ਹੋਵੇ ਕਿ ਤੋ ਕੋ ਫਾਇਦਾ ਪਹੁੰਚਦਾ ਹੋਵੇ ਦੁਨੀਆਵੀ ਹਵਾਲੇ ਨਾਲ ਤੇ ਉਹਨੂੰ ਕਦੀ ਨਹੀਂ ਛੱਡਦੇ ਤੇ ਉਹਨਾਂ ਲੋਕਾਂ ਵਾਸਤੇ ਇਹ ਅਖਾਨ ਬਣਿਆ ਹੈ ਬਈ ਸਾਦਾਂ ਨੂੰ ਕੀ ਸੁਆਦਾਂ ਨਾਲ ਕਿ ਦਰਵੇਸ਼ਾਂ ਲੋਕਾਂ ਨੂੰ ਦੁਨੀਆਦਾਰੀ ਦੀਆਂ ਚੀਜ਼ਾਂ ਨਾਲ ਦੁਨੀਆ ਇਕੱਠੀ ਕਰਨ ਨਾਲ ਕੀ ਗਰਜ਼ ਹੋ ਸਕਦੀ ਹੈ ਤੇ ਨਾਲ ਹੀ ਸਣੇ ਮਲਾਈ ਆਉਣ ਦਿਓ ਕਿਤੇ ਅਖਾਨਾਂ ਦੇ ਵਿੱਚ ਇਸ ਤਰ੍ਹਾਂ ਵੀ ਹੈ ਕਿ ਜੇ ਆਪੇ ਹੀ ਆਵੇ ਤੇ ਆਉਣ ਦਿਓ ਯਾਨੀ ਅਸੀਂ ਨਹੀਂ ਚਾਹਦੇ ਕਿ ਮਲਾਈ ਸਾਨੂੰ ਮਲੇਖਾਨ ਨੂੰ ਅਸੀਂ ਤੇ ਸਾਧ ਲੋਕ ਆ ਲੇਕਿਨ ਜੇ ਆਪੇ ਹੀ ਸਾਡੇ ਭਾਂਡੇ ਦੇ ਵਿੱਚ ਪਈ ਮਲਾਈ ਡਿੱਗਦੀ ਏ ਤੇ ਫਿਰ ਅੱਲਾ ਸਾਈਂ ਦਾ ਹੁਕਮ ਸਮਝ ਕੇ ਅਸੀਂ ਫਿਰ ਖਾ ਪੀ ਲਾਂਗੇ ਯਾਨੀ ਇਹ ਦੇਖੋ ਕਿ ਬੰਦੇ ਦੀ ਅੰਦਰੂਨੀ ਮੁਨਾਫਕਤ ਤੇ ਦੋਰ ਰੰਗੀ ਤਬੀਅਤ ਜਿਹੜੀ ਏ ਇਹ ਅਖਾਨ ਉਹਦਾ ਮਜ਼ਹਰ ਏ ਕਿ ਹਾਂ ਕਵਾਕਬ ਕੁਝ ਨਜ਼ਰ ਆਤੇ ਹਨ ਕੁਛ ਦੇਤੇ ਹਨ ਧੋਖਾ ਇਹ ਬਾਜ਼ੀ ਘਰ ਖੁਲਾ ਜਿਹੜਾ ਗ਼ਾਲिब ਦਾ ਸ਼ੇਰ ਹੈ ਉਹਦਾ ਤਰਜਮਾ ਸਮਝ ਲਓ ਕਿ ਇਸ ਅਖਾਨ ਵਿੱਚ ਕੀਤਾ ਗਿਆ ਹੋਇਆ ਹੈ ਕਿ ਸਾਧਾਰੋਂ ਕੀ ਸੁਆਦਾਂ ਨਾਲ ਤੇ ਸਣੇ ਮਲਾਈ ਆਉਣ ਦਿਓ ਦੁੱਧ ਚ ਜੇ ਡਿੱਗ ਪਈਏ ਮਲਾਈ ਤੇ ਹੁਣ ਕਢੋ ਨਾ ਦੁਨੀਆ ਦਾ ਰਸਤੇ ਨਾ ਕਢੋ ਸਾਨੂੰ ਸਾਧਾ ਨੂੰ ਵੀ ਆਉਣ ਦਿਓ ਲੋ ਜੀ ਬਾਬਾ ਜੀ ਫੇਰ ਸ਼ੇਹੂਪੁਰੇ ਤੋਂ ਹੈਦਰ ਸੁਲਤਾਨ ਸਾਹਿਬ ਸਾਨੂੰ ਇੱਕ ਅਖਾਨ ਪਝਵਾਇਆ ਜੀ ਜੀ ਤੇ ਅਖਾਨ ਇਸ ਤਰ੍ਹਾਂ ਕਿ ਆਖਰ ਬੱਚਾ ਮੂਲਿਆ ਤੂੰ ਹੱਟੀ ਬਹਿਣਾ ਹੂੰ ਹੂੰ ਇਹਦਾ ਕੀ ਮਤਲਬ ਹੈ ਜੀ ਇਹਦਾ ਦੱਸੋ ਹੋੜਕ ਬੱਚਿਆ ਹੋੜਕ ਪੁੱਤਰ ਮੂਲਿਆ ਤੂੰ ਹੱਟੀ ਬਹਿਣਾ ਆ ਇਹ ਖਤਰਿਆਂ ਦੇ ਬਾਰੇ ਚ ਕਿ ਉਹ ਮਤਲਬ ਇਹ ਕਿ ਮੂਲਾ ਪੁੱਤਰ ਜਿਹੜਾ ਵੀ ਉਹ ਜੋ ਮਰਜ਼ੀ ਕਰ ਲੈ ਜੋ ਮਰਜ਼ੀ ੜਾਰੀਆਂ ਮਾਰ ਲੇ ਹਾਂ ਜੀ ਉਹ ਪੜ ਲਿਖ ਵੀ ਜਾਏ ਲੇਕਿਨ ਉਹ ਖੱਤਰੀਆਂ ਦਾ ਜਿਹੜਾ ਕਾਰੋਬਾਰ ਹੁੰਦਾ ਸੀ ਉਹ ਹਟੀਆਂ ਤੇ ਹੀ ਹੁੰਦਾ ਸੀ ਹਾਂ ਉਹਨੇ ਆਖਿਆ ਵੀ ਤੂੰ ਜੋ ਮਰਦੀ ਕਰ ਲੈ ਜਿੱਥੇ ਮਰਦੀ ਹੋਇਆ ਲੇਕਿਨ ਤੂੰ ਅਖੀਰ ਇਹ ਹਟੀ ਕਰਨੀ ਏ ਕਿਉਂਕਿ ਸਾਡਾ ਜੱਦੀ ਪੁਸ਼ਤੀ ਮਤਲਬ ਏ ਕਿ ਇਹ ਹੀ ਪੇਸ਼ਾ ਏ ਔਰ ਤੂੰ ਇਹ ਹੀ ਕਰਨਾ ਹੈ ਹਾਂਜੀ ਤੋ ਇਹਦੇ ਚ ਇਹ ਵੀ ਦੱਸਿਆ ਗਿਆ ਹੈ ਵੀ ਜਿਹੜਾ ਬੰਦਾ ਕੋਈ ਛੋਟੀ ਸਿਹਯਦਾ ਹੁੰਦਾ ਹੈ ਤੂੰ ਕੋ ਵੱਡੀ ਸਿਹਯਦੀਆਂ ਹੱਬਾ ਹੱਬਦਾ ਹੈ ਤੇ ਉਹਨੂੰ ਅਗਲੇ ਆਂਦੇ ਨੇ ਵੀ ਬਹਿ ਜਾ ਤੇਰੀ ਏ ਔਕਾਤ ਨਹੀਂ ਤੂੰ ਆਪਣੀ ਔਕਾਤ ਤੇ ਅਖੀਰ ਆਉਣਾ ਹੈ ਹਾਂ ਹਾਂ ਹਾਂਜੀ ਤੇ ਤੇਰੀ ਜਿਹੜੀ ਔਕਾਤ ਹੈ ਨਾ ਤੂੰ ਉੱਥੇ ਹੀ ਆਉਣਾ ਹੈ ਇਸ ਵਾਸਤੇ ਇਹ ਤੇਰੇ ਕੰਮ ਵਸਦਾ ਕੰਮ ਨਹੀਂ ਜਿਹੜੇ ਕੰਮ ਨੂੰ ਤੂੰ ਜਫੇ ਪਿਆ ਮਾਰਨਾ ਹੈ ਇਸ ਵਾਸਤੇ ਤੂੰ ਤੂੰ ਉਹ ਕੰਮ ਕਰ ਜਿਹੜਾ ਤੇਰਾ ਕੰਮ ਹੈ ਵਾਹ ਹਾਂਜੀ ਹਾਂਜੀ ਯਾਨੀ ਬਾਬਾ ਜੀ ਮੈਂ ਫਰਮਾਉਂਦੇ ਨੇ ਕਿ ਬੰਦਾ ਜਿੰਨੇ ਮਰਜ਼ੀ ਹਿਆਤੀ ਦੇ ਵਿੱਚ ਬਹਿਰੂਪ ਬਦਲੇ ਜਿੰਨੇ ਮਰਜ਼ੀ ਰੰਗ ਵਟਾਏ ਪਿਆ ਬਿਲ ਆਖਰ ਉਹਨੂੰ ਆਪਣੀ ਅਸਲੀਅਤ ਵੱਲ ਹੀ ਲੌਟਣਾ ਪੈਂਦਾ ਤੇ ਉਹ ਫਿਰ ਉੱਤਰੀ ਲੌਟਦਾ ਜਿਵੇਂ ਇਸ ਅਖਾਨ ਦੇ ਵਿੱਚ ਆਖਿਆ ਗਿਆ ਹੈ ਕਿ ਆਖਰ ਬੱਚਾ ਮੂਲਿਆ ਤੂੰ ਹੱਤੀ ਬਹਿਣਾ ਜਿੰਨਾ ਮਰਜ਼ੀ ਕੋਈ ਮਕਾਮ ਹਾਸਲ ਕਰ ਲਵੇ ਜਿੱਥੇ ਮਰਜ਼ੀ ਪੁੱਜ ਜਾਏ ਬਿਲ ਆਖਰ ਉਹ ਆਪਣੀ ਫਿਤਰਤ ਵੱਲ ਲੌਟਦਾ ਆਪਣੇ ਜਿੱਦੀ ਕੰਮ ਵਾਲੀ ਪਿਛਾਂ ਪਰਤਦਾ ਬਾਬਾ ਜੀ ਸਾਡੇ ਇੱਕ ਪਿਆਰੇ ਦੋਸਤ ਸਾਡੇ ਦਰਸ਼ਕ ਇੰਗਲੈਂਡ ਤੋਂ ਮੰਨ ਮੰਦਰ ਆਲਖ ਹੋਰੀ ਉਹ ਵਰਸ਼ਾ ਦਾ ਇੱਕ ਮਿਸਰਾ ਉਹਨਾਂ ਪਜਵਾਇਆ ਹੈ ਵਰਸ਼ਾ ਹਕੀਕਤ ਦੀ ਲਹਿਨ ਲਜ਼ਤ ਪਹਿਲੋਂ ਚਖ ਕੇ ਲੂਨ ਮਜਾਜ਼ੀਆਂ ਦਾ ਹਾਂਜੀ ਉਹ ਆਖਦੇ ਨੇ ਜੀ ਇਹਦਾ ਤਰਜਮਾ ਦੱਸੋ ਜੀ ਹਾਂਜੀ ਲੂਨ ਨਮਕ ਨੂੰ ਆਂਦੇ ਨੇ ਸਾਲਟ ਨੂੰ ਜੀ ਤੇ ਇਸ਼ਕ ਜਿਹੜਾ ਨਾ ਦੋ ਕਿਸਮਾਂ ਦਾ ਹੈ ਜੀ ਇੱਕ ਮਜਾਜ਼ੀ ਇਸ਼ਕ ਹੈ ਇੱਕ ਹਕੀਕੀ ਸ਼ਕ ਹੈ ਜੀ ਵਾਰਦ ਸ਼ਾਹ ਨੇ ਇਹਦੇ ਚ ਦੱਸਿਆ ਕਿ ਹਕੀਕੀ ਇਜ਼ਤ ਹੈ ਹਕੀਕੀ ਇਸ਼ਕ ਨੂੰ ਅਪਣਨ ਲਈ ਮਜਾਜ਼ੀ ਦੀ ਪੌੜੀ ਤੋਂ ਮਜਾਜ਼ੀ ਦਾ ਲੋਨ ਚੱਕ ਕੇ ਮਜਾਜ਼ੀ ਦਾ ਸਵਾਦ ਲੈ ਕੇ ਅੱਗੇ ਲੰਘਣਾ ਕਹਿੰਦਾ ਵਾਹ 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 ਤੇ ਯਾਨੀ ਦੁਨੀਆ ਦੇ ਵਿੱਚ ਮਸਲੈਂ ਐਸੇ ਬੜੇ ਵਾਕਿਆਤ ਨੇ ਹਾਂਜੀ ਦਾਤਾ ਸਾਹਿਬ ਨੇ ਆਪਣੀ ਕਿਤਾਬ ਕੋਈ ਛੁਲ ਮਜੂਬ ਚ ਲਿਖਿਆ ਕਿ ਉਹਨਾਂ ਨੇ ਇੱਕ ਬਜ਼ੁਰਗ ਦਾ ਨਾਂ ਲਿਖਿਆ ਜੀ ਕਿ ਉਹ ਸਾਰੀ ਰਾਤ ਕਿਸੇ ਆਪਣੀ ਮਸ਼ੂਕਾ ਦੇ ਆ ਅਮੀ ਆ ਉਹਦੀ ਉਡੀਕ ਦੇ ਵਿੱਚ ਖਲੋਤੇ ਰਹੇ ਤੇ ਉਹ ਕੋਠੇ ਤੇ ਉਹ ਬੈਠੀ ਤੇ ਉੱਤੋਂ ਬਾਰਿਸ਼ ਹੁੰਦੀ ਰਹੀ ਸਾਰੀ ਰਾਤ ਹੀ ਬਾਰਿਸ਼ ਖਲੋਤੇ ਰਹੇ ਤੇ ਉਹਨੂੰ ਵੇਂਦੇ ਰਹੇ ਤੇ ਉਹਦੇ ਨਾਲ ਗੱਲਾਂ ਕਰਦੇ ਰਹਿ ਤੇ ਅਖੀਰ ਜਦੋਂ ਬਾਗ ਦਾ ਟਾਈਮ ਹੋਇਆ ਤੇ ਸੋਚ ਆਈ ਇਹ ਮਨਾ ਜੇਤ ਵੈਨਾ ਜੇ ਰੱਬ ਦੇ ਇਸ਼ਕ ਦੀ ਖਲਾਉਂਦੋਂ ਤੇ ਖੋਰੇ ਕੀ ਦਾ ਕੀ ਬਣ ਜਾਂਦੋ ਅੱਲਾਹੁ ਅਕਬਰ ਤੇ ਉਹਨਾਂ ਤੋਬਾ ਕਰਕੇ ਦੁਨੀਆਵੀ ਇਸ਼ਕ ਵੱਲੋਂ ਤੇ ਜਿਹੜਾ ਹਕੀਕੀ ਸ਼ਿਕਸੀ ਯਾਨੀ ਸੱਚੇ ਰੱਬ ਦਾ ਆਸ਼ਿਕ ਹਾਂਜੀ ਉਹਦੇ ਵੱਲ ਆਪਣਾ ਧਿਆਨ ਕਰ ਲਿਆ ਉਹਦੇ ਵੱਲ ਰਜੂ ਕਰ ਲਈ ਔਰ ਫਿਰ ਉਹਨਾਂ ਦਾ ਜ਼ਿਕਰ ਦਾਤਾ ਸਾਹਿਬ ਨੇ ਆਪਣੀ ਕਿਤਾਬ ਸੈਦ ਅਲੀ ਜਵੇਰੀ ਨੇ ਆਪਣੀ ਕਿਤਾਬ ਕਸ਼ਫੁਲ ਮਜੂਬ ਵਿੱਚ ਕੀਤਾ ਵਾ ਵਾ ਤੋ ਇਸ਼ਕ ਜਿਹੜਾ ਏ ਮਤਲਬੀ ਫਾਰਸੀ ਚ ਵੀ ਆਂ ਦਿੰਦੇ ਨੇ ਅਬਲ ਦਰਦ ਲਈ ਮਹਿਬੂਬ ਪੈਦਾ ਮੀਛਵਾਦ ਹਾਂ ਤੋ ਇਸ਼ਕ ਕੀ ਹੈ ਅਸਲ ਚ ਗੱਲ ਇਹ ਹੈ ਕਿ ਅੱਲਾਹ ਤਾਲਾ ਨੇ ਕਿਹਾ ਹੈ ਖਲਕਲ ਇਨਸਾਨ ala ਸੂਰਤੇ ਹੀ ਮੈਂ ਆਪਣੇ ਹਰ ਇਨਸਾਨ ਨੂੰ ਆਪਣੀ ਸੂਰਤ ਤੇ ਪੈਦਾ ਕੀਤਾ ਵਾਹ ਬੁੱਲੇ ਸ਼ਾਹ ਵੀ ਆਂਦਾ ਸਾਨੂੰ ਬਾਤ ਮਲੂਮੀ ਸਭ ਦੀ ਏ ਹਰ ਹਰ ਵਿੱਚ ਸੂਰਤ ਰੱਬ ਦੀ ਏ ਕਿਤੇ ਜ਼ਾਹਰ ਹੈ ਕਿਤੇ ਛੁਪਾ ਤੋ ਗੱਲ ਇਹ ਹੈ ਕਿ ਇਹ ਜਿਹੜਾ ਇਸ਼ਕ ਹੈ ਇਸ ਐਸ ਐਲ ਕਿਉ ਦਾ ਹੀ ਇੱਕ ਰੂਪ ਹੈ ਮਜਾਜ਼ੀ ਵੀ ਉਹਦਾ ਹੀ ਰੂਪ ਹੈ ਵਾਹ ਕਿਉਂਕਿ ਨਜ਼ਰ ਦੇ ਵਿੱਚੋਂ ਉਹ ਹੀ ਆਉਂਦਾ ਹੈ ਲੇਕਿਨ ਵੇਖਣ ਵਾਲੀ ਅੱਖ ਹੋਣੀ ਚਾਹੀਦੀ ਹੈ ਵਾਹ ਤੂੰ ਵੇਖਣ ਵਾਲੀ ਅੱਖ ਨੂੰ ਜਦੋਂ ਉਹ ਨੂੰ ਉਹਦੇ ਜਲਵੇ ਨੂੰ ਵੇਖਦਾ ਤੋ ਬਰਾਈ ਹਲ ਨਹੀਂ ਜਾਂਦਾ ਵਾਹ ਤੇ ਜਦੋਂ ਉਹਦੇ ਜਲਵੇ ਲੋ ਉਖੜ ਜਾਂਦਾ ਤੇ ਫਿਰ ਉਹ ਬਰਾਈ ਦੇ ਪੈਂਡੇ ਪਾ ਕੇ ਗਰਕ ਹੋ ਜਾਂਦਾ ਵਾਹ ਲੇਕਿਨ ਜਿਹੜੇ ਲੋਕਾਂ ਨੂੰ ਉਹਦੇ ਵਿੱਚੋਂ ਉਹਦਾ ਹੋਣ ਕਿਉਂਕਿ ਉਹਦੇ ਹੋਂਦ ਨਾਲ ਹੋਂ ਨੇ ਉਹਦੇ ਹੋਂਦ ਨਾਲ ਹੋਂ ਨੇ ਉਹ ਹੈ ਤੇ ਇਹ ਹੈ ਵੇ ਉਹ ਹੈ ਤੇ ਇਹ ਹੈ ਵੇ ਵਾਹ ਜੇ ਉਹ ਨਹੀਂ ਤੇ ਨਹੀਂ ਤੋ ਉਹਦੇ ਹੋਂਦ ਨਾਲ ਹੋਂ ਨੇ ਤੇ ਜਦੋਂ ਉਹਦੇ ਵਿੱਚੋਂ ਉਹਨੂੰ ਵੇਖਣਾ ਤੂੰ ਤੇ ਇਹ ਮਜਾਜ਼ੀ ਜਿਹੜਾ ਇਹੇ ਅੱਗੇ ਜਾ ਕੇ ਤੇ ਹਕੀਕੀ ਦਾ ਸਵਾਦ ਚਖ ਲੈਂਦਾ ਹੈ ਹਾਂਜੀ ਤੋ ਬੰਦਾ ਇੱਥੋਂ ਟੁਰਦਾ ਤੇ ਉੱਥੇ ਅਪੜ ਜਾਂਦਾ ਹਾਂ ਲਓ ਜੀ ਪਿਆਰਿਓ ਬਾਬਾ ਜੀ ਨੇ ਪੀਰ ਵਾਰਿਸ਼ਾ ਸੈਦ ਦੇ ਮਸਰੇ ਦੀ ਬੜੀ ਸੋਹਣੀ ਵੰਡ ਕੀਤੀ ਕਿ ਵਾਰਿਸ ਉਹ ਹੀ ਹਕੀਕਤ ਦੀ ਲੈਨ ਲਜ਼ਤ ਪਹਿਲੇ ਚਖ ਕੇ ਲੂਨ ਮਜਾਜ਼ੀਆਂ ਦਾ ਬਾਬਾ ਜੀ ਦੱਸਿਆ ਕਿ ਦੋ ਤਰ੍ਹਾਂ ਦੇ ਇਸ਼ਕ ਹੁੰਦੇ ਨੇ ਇੱਕ ਇਸ਼ਕੇ ਮਜਾਜ਼ੀ ਜਿਹੜਾ ਅੱਲਾ ਪਾਕ ਦੇ ਬੰਦੇ ਆਪਸ ਵਿੱਚ ਕਰਦੇ ਨੇ ਤੇ ਇੱਕ ਇਸ਼ਕੇ ਹਕੀਕੀ ਜਿਹੜਾ ਸੱਚੇ ਸਾਈਂ ਦੇ ਨਾਲ ਕੀਤਾ ਜਾਂਦਾ ਹੈ ਪਰ ਅੱਲਾ ਪਾਕ ਸੱਚਾ ਕਿਉਂਕਿ ਲੈਸਾ ਕਬਿਸਲੇ ਹੀ ਸ਼ਈਆ ਅੱਲਾਹ ਪਾਕ ਸ਼ਾਨ ਸ਼ਾਦੀ ਕੋਈ ਮਿਸਲ ਨਹੀਂ ਕੋਈ ਸ਼ਕਲ ਨਹੀਂ ਕੋਈ ਸੂਰਤ ਨਹੀਂ ਮਜਸਮ ਹਾਲਾ ਤੇ ਆਪ ਨਹੀਂ ਇਹ ਬਜਾਏ ਸਾਡੇ ਸੂਫੀਆ ਫਰਮਾਨਦੇ ਨੇ ਵੀ ਹਰ ਹਰ ਮੈਂ ਸੂਰਤ ਹਰ ਕੀ ਹੈ ਲੇਕਿਨ ਪੀਰ ਮਹਿਰ ਅਲੀ ਸ਼ਾ ਫਰਮਾਨਦੇ ਨੇ ਕੋਈ ਮਿਸਲ ਨਾ ਢੋਲਨ ਦੀ ਚੁੱਪ ਕਰ ਮਹਿਰ ਅਲੀ ਇਥੇ ਜਾ ਨਹੀਂ ਬੋਲਣ ਦੀ ਹੁਣ ਅੱਲਾਹ ਪਾਗ ਨਾਲ ਜੋ ਇਸ਼ਕ ਕਰਨਾ ਹੈ ਤੇ ਅਕਬਰ ਅਲਾਬਾਦੀ ਦਾ ਇੱਕ ਬੜਾ ਹੀ ਪਿਆਰਾ ਸ਼ੇਰ ਹੈ ਕਿ ਫੈਜ਼ ਪਾਓਗੇ ਬੁੱਤੋਂ ਸੇ ਇੱਕ ਦਿਨ ਅਕਬਰ ਜ਼ਰੂਰ ਇਹ ਮੁਹੱਬਤ ਦੇਖਣਾ ਇਸ਼ਕ-ਏ-ਖੁਦਾ ਬਣ ਜਾਏਗੀ ਵਾਹ ਇੱਕ ਹੋਰ ਉਰਦੂ ਦਾ ਬੜਾ ਹੀ ਪਿਆਰਾ ਸ਼ੇਰ ਹੈ ਕਿ ਐ ਰਸ਼ਕ-ਏ-ਕਮਰ ਮੈਂ ਤੁਝ ਕੋ ਤੋ ਨਹੀਂ ਦੇਖ ਰਹਾ ਹੂੰ ਮੈਂ ਤੇਰੇ ਮੁਸਵਰ ਕਾ ਹੁਨਰ ਦੇਖ ਰਹਾ ਹਾਂ ਤੇ ਜਿਹੜਾ ਬੰਦਾ ਅੱਲਾ ਪਾਗ ਦੇ ਕਿਸੇ ਬੰਦੇ ਦੇ ਨਾਲ ਵੀ ਦਿਲੋਂ ਪੁਰਖਲੂਸ ਬੇਲਾਉਸ ਤੇ ਪਾਕੀਜ਼ਾ ਇਸ਼ਕ ਕਰਦਾ ਹੈ ਤੇ ਪਿਆਰਿਓ ਉਹ ਅੱਲਾ ਪਾਗ ਸੱਚੇ ਸਾਈ ਨਾਲ ਇਸ਼ਕ ਕਰਨ ਦੀ ਤੁਸੀਂ ਇਹ ਨਹੀਂ ਸਮਝ ਲਓ ਕਿ ਦੁਨੀਆ 'ਚ ਪ੍ਰੈਕਟਿਸ ਕਰਦਾ ਹੈ ਔਰ ਇਹ ਪ੍ਰੈਕਟਿਸ ਬਿਲਾ ਖਰੋ ਨੂੰ ਸੱਚੇ ਸਾਹਿਬ ਤੱਕ ਜਿਹੜੀ ਉਹਦੀ ਹਕੀਕੀ ਮੰਜ਼ਲ ਹੈ ਉਥੋਂ ਤਾਈਂ ਪਹੁੰਚਾ ਦਿੰਦੀ ਹੈ ਤੇ ਬੰਦਾ ਫਿਰ ਅੱਲਾ ਪਾਕ ਸੱਚੇ ਦੇ ਬੰਦਿਆਂ ਨਾਲ ਪਿਆਰ ਕਰਦਾ ਕਰਦਾ ਅੱਲਾ ਪਾਕ ਸੱਚੇ ਸਾਹਿਬ ਦਾ ਮਹਿਬੂਬ ਬਣ ਜਾਂਦਾ ਹੈ ਅੱਲਾ ਪਾਕ ਉਹਦਾ ਮਹਿਬੂਬ ਬਣ ਜਾਂਦਾ ਹੈ ਸਾਹਿਬੋ ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਨਤੀ ਚੱਲ ਮੇਲੇ ਨੂੰ ਚਲੀ